कई साल पहले संत लोकें शास्त्रें च लिखे दा हा के परमेश्वरे पापियें की बचाने ते उन्दे कन्ने परतिये मेल करने की ते मसीहा की भेजना है। यीशु होरें दा जीवन दसदा है के उहे मुक्ति दातन जिन्हें की भेजने दा वादा परमेश्वरे कीता हा के एक कुंवारी पवित्र आत्मा दी शक्ति कन्ने गर्भवती होग ते उन्हें एक पुत्र की जन्म देना है। ते इयां गे होया पवित्र आत्मा दी शक्ति कन्ने मरियम गर्भवती होई ते उन्हें यीशु होरें की जन्म दिता। यीशु होरें दा अनोखे तरीके कन्ने जन्म लेना इस गल्ला दा पक्का सबूत है कि ओ परमेश्वर दे भेजे दे मसीहन जिसी परमेश्वर अपना पुत्र गलांदे न। लोकें यीशु होरें च परमेश्वर दे सुभा ते उन्दी शक्ति की दिखिया। यीशु लोकें दी बीमारियां की ठीक कर दे ते उन्दे पापें की माफ कर दे है ते उन्हें लोकें कन्ने ए वादा कीता कि तुसें की स्वर्ग दा राज थोना है। प्रभु यीशु होरें सारी मनुख जाति दी सजा अपने उपर ले लेती ते उन्दे पापें दी माफी कीते अपनी जान कुर्बान कीती। प्रभु यीशु होरें गलाया मेरे कश अपनी जान देने ते उसी वापस लेने दा भी अख्तियार है। इस कीते उन्हें परतिये जिंदा होइए इस गल्ला की साबित कीता कि उन्दी शक्ति मौता दी शक्ति थवां बड़ी बड्डी है। सदियां पहले जेकियां गल्लां संते भविष्यवाणियां करिए शास्त्रे च लिखियां हियां यीशु होरें दा जीवन बिल्कुल उआं गया। इस गल्ला कन्ने ए साबित होंदा है के पवित्र शास्त्र बाइबल च परमेश्वर दा वचन पवित्र सच्चा ते हमेशा तकर कायम रहने आला है। यीशु वर्गे ओ वचन जिंदे जरिए परमेश्वर अपने आप की इस संसार च प्रकट कीता। जदों परमेश्वर पहले मर्द जनानी बनाए है तां उन्हें परमेश्वर दे दित्ते दा ओ इक्के एक हुक्म भी नहीं मन्या ते परमेश्वर दे हुक्मे की नहीं मनना ओदी नजर च पाप है। पवित्र शास्त्र बाइबल च लिखे दा है सारी मनुख जाति ने पाप कीता ते पाप दा फल तां मौत है। ਤਾਂ ਕਰੀ ਅਸ ਪਾਪ ਦੀ ਵਜ੍ਹਾ ਕਨੇ ਪਰਮੇਸ਼ਰ ਦੀ ਸੰਗਤੀ ਚ ਨਹੀਂ ਰਹਿ ਸਕਨੇ ਆ ਪਰ ਪਰਮੇਸ਼ਰ ਪ੍ਰਭ ਯੇਸ਼ੂ ਹੋਰੇ ਦੇ ਜਰੀਏ ਅਸੇ ਕੀ ਨਵਾਂ ਜੀਵਨ ਦੇਣਾ ਚਾਹੁੰਦੇ ਨੇ ਤਾਂ ਜੇ ਉਹ ਸਾਡੇ ਕਨੇ ਇਆਂ ਸੰਗਤੀ ਕਰੀ ਸਕਣ ਜੀਆਂ ਉਹ ਆਪਣੇ ਪਹਿਲੇ ਬਣਾਏ ਦੇ ਮਾਨੂਆ ਕਨੇ ਸੰਗਤੀ ਕਰਦੇ ਹੈ ਪਰ ਜੀਆਂ ਪਰਮੇਸ਼ਰ ਸੰਤ ਅਬਰਾਹਮ ਦੇ ਪੁੱਤਰ ਦੀ ਜਗ੍ਹਾ ਇੱਕ ਭਿਡੂਏ ਦਾ ਇੰਤਜ਼ਾਮ ਕੀਤਾ ਠੀਕ ਉਸੇ ਤਰੀਕੇ ਕਨੇ ਪਰਮੇਸ਼ਰ ਆਦਮ ਦੇ ਵੰਸ਼ ਦੀ ਜਗ੍ਹਾ ਪਰਮੇਸ਼ਰ ਯੇਸ਼ੂ ਹੋਰੇ ਕੀ ਕੁਰਬਾਨ ਉਹਨੇ ਕਿਤੇ ਭੇਜਿਆ ਇਹਨੇ ਤਾਂ ਕੀਤਾ ਕਿ ਜੇ ਕੇ ਯਿਸੂ ਹੋਰੇ ਉਪਰ ਵਿਸ਼ਵਾਸ ਕਰਨ ਤੇ ਉਹਦੇ ਉਪਰ ਸ਼ਰਧਾ ਰੱਖਣ ਉਹ ਸਾਰੇ ਪਰਮੇਸ਼ਰ ਦੀ ਸੰਗਤਾ ਚ ਆਈ ਜਾਣ ਜੇ ਕੇ ਵੀ ਆਪਣੇ ਪਾਪੇ ਕੀ ਮੰਨੀਏ ਤੋਬਾ ਕਰਦੇ ਤੇ ਯਿਸੂ ਹੋਰੇ ਦੀ ਸੰਗਤੀ ਚ ਆਉਂਦੇ ਨੇ ਉਹ ਸਜ਼ਾ ਥਵਾਂ ਬਚੀ ਜਾਂਦੇ ਤੇ ਪਰਮੇਸ਼ਰ ਕਨੇ ਹਮੇਸ਼ਾ ਕਿਤੇ ਰਹਿੰਦੇ ਨੇ। ਜਦੋਂ ਯਿਸੂ ਹੋਰ ਜਿੰਦਾ ਹੋ ਗਏ ਤਾਂ ਉਹਨੇ ਆਪਣੇ ਚੇਲੇ ਕੀ ਇਸ ਖੁਸ਼ਖਬਰੀ ਦਾ ਪ੍ਰਚਾਰ ਸਾਰੀ ਦੁਨੀਆਂ ਚ ਜਾਈਏ ਸੁਣਾਉਣੇ ਦਾ ਹੁਕਮ ਦਿੱਤਾ। ਪ੍ਰਭ ਯੇਸ਼ੂ ਹੋਰੇ ਇਹ ਵੀ ਗਲਾਇਆ ਜੇ ਕੇ ਮੇਰੇ ਚੇਲੇ ਨ ਆਉਂ ਉਹਦੀ ਮਦਦ ਕੀਤੇ ਪਵਿੱਤਰ ਆਤਮਾ ਕੀ ਭੇਜਗਾ ਜਿਨੇ ਉਹਨੇ ਕੀ ਸਚਾਈ ਦੱਸਣੀ ਤੇ ਪਰਮੇਸ਼ਰ ਦੇ ਰਸਤੇ ਉੱਪਰ ਚੱਲਣ ਦੀ ਸ਼ਕਤੀ ਦੇਣੀ ਹੈ। ਜਿਸ ਵੇਲੇ ਪ੍ਰਭ ਯੇਸ਼ੂ ਹੋਰੇ ਇਸ ਪਾਪਨ ਜਨਾਨੀ ਦੇ ਪਾਪ ਮਾਫ ਕੀਤੇ ਤਾਂ ਇਹ ਗੱਲ ਸਾਡੇ ਵਾਸਤੇ ਇਹ ਮਿਸਾਲ ਹੈ ਕਿ ਅਸ ਵੀ ਤੋਬਾ ਕਰੀਏ ਪ੍ਰਭ ਯੇਸ਼ੂ ਹੋਰੇ ਉੱਪਰ ਵਿਸ਼ਵਾਸ ਕਰਨੇ ਕਨੇ ਮੁਕਤੀ ਕੀ ਹਾਸਲ ਕਰੀ ਸਕਨੇ ਆ ਪਰ ਆਪਣੇ ਕੰਮੇ ਦੇ ਜ਼ਰੀਏ ਨਹੀਂ। ਇਹ ਵੀ ਗੱਲ ਸੱਚ ਹੈ ਕਿ ਜਿੱਥੇ ਜਿੰਨੇ ਜ਼ਿਆਦਾ ਪਾਪ ਮਾਫ਼ ਹੁੰਦੇ ਨੇ ਉਨਾ ਕੇ ਜ਼ਿਆਦਾ ਉਹ ਪ੍ਰਭੂ ਕਨੇ ਈਰਖ ਕਰਗ। ਜੇ ਕੇ ਪ੍ਰਭ ਯੇਸ਼ੂ ਉਹਦੇ ਚੇਲੇ ਬਣਨ ਦਾ ਫੈਸਲਾ ਕਰਦੇ ਨੇ ਤੇ ਉਹਦੀ ਸੰਗਤੀ ਚ ਆਉਣਾ ਚਾਹੁੰਦੇ ਨੇ ਤਾਂ ਉਹ ਇਹ ਪ੍ਰਾਰਥਨਾ ਕਰੀ ਸਕਦੇ ਨੇ ਆਉਂ ਸ਼ੁਕਰ ਕਰਨਾ ਕਿ ਤੁਸ ਮੇਰੇ ਕਨੇ ਈਰਖ ਕਰਦੇ ਹੋ ਤੇ ਮਿਗੀ ਇਸ ਗੱਲਾਂ ਦਾ ਪਛਤਾਵਾ ਹੈ ਕਿ ਆਉਂ ਤੁੰਦੀ ਨਹੀਂ ਬਲਕਿ ਆਪਣੀ ਮਰਜ਼ੀ ਉੱਪਰ ਕੇ ਚੱਲਦਾ ਰਿਹਾ ਤੇ ਤੁੰਦੇ ਬਰਖਿਲਾਫ ਪਾਪ ਕੀਤੇ। ਆਉਂ ਸ਼ੁਕਰ ਕਰਨਾ ਕਿ ਤੁਸੀਂ ਮੇਰੀ ਜਗ੍ਹਾ ਯੇਸ਼ੂ ਹੋਰੇ ਕੀ ਕਰੂਸ ਉੱਪਰ ਬਲੀਦਾਨ ਉਹਨੇ ਕਿਤੇ ਭੇਜਿਆ ਤੇ ਉਹ ਤ੍ਰੀਏ ਦਿਨ ਫੀ ਜਿੰਦਾ ਹੋਈ ਗਏ। ਆਉਂ ਸ਼ੁਕਰ ਕਰਨਾ ਕਿ ਉਹਨੇ ਮੇਰੇ ਸਾਰੇ ਪਾਪਿਆਂ ਦੀ ਸਜ਼ਾ ਆਪਣੇ ਉੱਪਰ ਲੈ ਲਿੱਤੀ। ਆਉਂ ਪ੍ਰਭੂ ਯੇਸ਼ੂ ਹੋਰੇ ਕੀ ਆਪਣਾ ਮੁਕਤੀਦਾਤਾ ਤੇ ਆਪਣਾ ਪ੍ਰਭੂ ਮੰਨਣਾ। ਆਉਂ ਸ਼ੁਕਰ ਕਰਨਾ ਕਿ ਤੁਸੀਂ ਮੇਰੇ ਪਾਪੇ ਕੀ ਮਾਫ਼ ਕੀਤਾ ਤੇ ਹਮੇਸ਼ਾ ਕਿਤੇ ਤੁਸੀਂ ਮਿਗੀ ਆਪਣੇ ਰਾਜ ਚ ਰਹਿਣੇ ਕਿਤੇ ਮੇਰੇ ਵਾਸਤੇ ਸਵਰਗੇ ਦਾ ਪਿੱਤ ਖੋਲਿਆ। ਹੇ ਪ੍ਰਭੂ ਆਉਂ ਅਰਜ ਕਰਨਾ ਕਿ ਤੁਸੀਂ ਮਿਗੀ ਆਪਣਾ ਪਵਿੱਤਰ ਆਤਮਾ ਦਿਓ ਤਾਂ ਜੇ ਉਹ ਮਿਗੀ ਸਚਾਈ ਦੱਸੇ ਤੇ ਪਰਮੇਸ਼ਰ ਦੇ ਰਸਤੇ ਉੱਪਰ ਚਲਾਏ। ਉਹ ਮਿਗੀ ਇੰਨੀ ਸ਼ਕਤੀ ਦੇ ਕਿ ਆਉਂ ਪੂਰੇ ਦਿਲੇ ਕਨੇ ਤੁਹਾਡੇ ਕਨੇ ਈਰਖ ਕਰ ਸਕਾਂ ਤੇ ਆਉਂ ਤੁਹਾਡੀ ਮਰਜ਼ੀ ਆਗੀ ਪੂਰਾ ਕਰਾਂ। ਹੈ ਪ੍ਰਭੂ ਮੇਰੀ ਇਹ ਤੁਹਾਡੇ ਅੱਗੇ ਪ੍ਰਾਰਥਨਾ ਹੈ ਕਿ ਇਸ ਸੰਸਾਰੇ ਦੇ ਸਾਰੇ ਲੋਕ ਤੁਹਾਡੀ ਗੇ ਜੈ ਜੈਕਾਰ ਕਰਨ। ਪ੍ਰਭੂ ਯੇਸ਼ੂ ਹੋਰੇ ਆਪਣੇ ਚੇਲਿਆਂ ਵਾਸਤੇ ਇਹ ਗਲਾਇਆ ਮੇਰੀਆਂ ਭਿੱਡਾਂ ਮੇਰੀ ਆਵਾਜ਼ ਪਛਾਣਦੀਆਂ ਤੇ ਆਉਂ ਉਹਨੇ ਕੀ ਜਾਣਨਾ ਤੇ ਉਹ ਮੇਰੇ ਪਿੱਛੇ ਚੱਲਦੀਆਂ। ਯੇਸ਼ੂ ਹੋਰੇ ਦੇ ਚੇਲੇ
आपस विच संगति करदे ने ते ओ उंदे वचने गी रोज पढ़दे ने ते हमेशा उंदी गल्लें गी मनदे ने ते यीशु होरें कन्ने रोज गल्लां करदे ने। परमेश्वर दा पवित्र आत्मा जेका उंदे दिलें च रहिंदा है ओ सच्चा रस्ता दसदा ते उन्हें की शक्ति दिंदा है। उन्हें गल्लें गी हमेशा चेता रखो जेकियां उन्हें सुरगे च जंदे वेले गलाईयां हियां। परमेश्वर मिगी सुरग ते धरती दा अख्तियार दिता दा है, इस करी विश्वास करो ते इस युग दे आखिर तकर हमेशा आउं तुंदे कन्ने आं।